ਛੱਡ ਸਕਦਾ ਵਾ। ਜਦੋਂ ਪੌਲਸ ਔਰ ਸਿਲਾਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਔਰ ਪੌਲਸ ਔਰ ਸਿਲਾਸ ਉੱਥੇ ਕੀ ਕਰਨ ਡੇ ਸੀ ਜੇਲ੍ਹ ਵਿੱਚ ਬਹਿ ਕੇ? ਰੋਣ ਨਹੀਂ ਡੇ ਕਿ ਹਾਂ ਮੈਂ ਪ੍ਰਭੂ ਯਿਸੂ ਮਸੀਹ ਦਾ ਵਚਨ ਸੁਣਾਇਆ ਤਾਂ ਲੋਕਾਂ ਨੇ ਮੈਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਸਿਲਾਸ ਨੇ ਵੀ ਇਹ ਨਹੀਂ ਕਿਹਾ ਕਿ ਅੱਜ ਮੈਂ ਪਹਿਲੀ ਵਾਰੀ ਪੌਲਸ ਦੇ ਨਾਲ ਸੇਵਾ ਕਰਨ ਵਾਸਤੇ ਆਇਆ ਵਾਂ, ਪਰ ਪੌਲਸ ਦੇ ਨਾਲ ਇਹਦੇ ਗੱਲਾਂ ਸੁਣ ਕੇ ਮੈਂ ਇਹਦੇ ਪਿੱਛੇ ਲੱਗ ਗਿਆ। ਅੱਜ ਇਹਨੇ ਮੈਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਉਹ ਦੋਵੇਂ ਕੰਮ ਨਹੀਂ ਕਰਨ ਡੇ, ਔਰ ਨਾ ਹੀ ਰੋਏ ਹੀ ਔਰ ਨਾ ਹੀ ਕੁਛ ਉਹਨਾਂ ਨੇ ਆਪਣੇ ਮੂੰਹ ਵਿੱਚੋਂ ਕਿਹਾ ਹੈਗਾ। ਔਰ ਰਾਤ ਭਰ ਪੂਰੀ ਪ੍ਰਾਰਥਨਾ ਕਰਦੇ ਰਹੇ ਔਰ ਪਰਮੇਸ਼ਵਰ ਦੇ ਭਜਨ ਗਾਉਂਦੇ ਰਹੇ ਔਰ ਪਰਮੇਸ਼ਵਰ ਦੀ ਸਤੁਤੀ ਕਰਦੇ ਰਹੇ। ਔਰ ਪਰਮੇਸ਼ਵਰ ਦੀ ਸਤੁਤੀ ਜਦੋਂ ਕਰਦੇ ਹੀ ਲੋਕ ਉਹ ਤਾਂ ਸਾਰੇ ਜਿੰਨੇ ਵੀ ਜੇਲ੍ਹ ਵਾਲੇ ਸੀਗੇ, ਜਿੰਨੇ ਕੈਦੀ ਸੀਗੇ, ਸਿਪਾਹੀ ਸੀ, ਉਹ ਸਾਰੇ ਉੱਥੇ ਸੁਣਦੇ ਸੀਗੇ ਕਿ ਇਹ ਕਿਹੋ ਜਿਹੇ ਲੋਕ ਆ ਗਏ ਹੈਗੇ। ਉਹ ਭੈਣ ਔਰ ਭਰਾਓ, ਉਹ ਜਿਹੜੀ ਜੇਲ੍ਹ ਸੀਗੀ ਨਾ, ਉਹ ਜੇਲ੍ਹ ਇਸ ਤਰ੍ਹਾਂ ਦੀ ਜੇਲ੍ਹ ਨਹੀਂ ਸੀ ਜਿਹੜੀ ਸਾਡੇ ਵਰਗੀ ਜੇਲ੍ਹ ਹੁੰਦੀ ਹੈਗੀ, ਜਿਨ੍ਹਾਂ ਦੇ ਵਿੱਚ ਲਾਈਟ ਲੱਗੀ ਹੁੰਦੀ ਆ, ਫੈਨ ਲੱਗਾ ਹੁੰਦਾ ਵਗਾ। ਉਹ ਤਾਂ ਮਿੱਟੀ ਦੀ ਬਣਿਆ ਹੋਇਆ ਇੱਕ ਰੂਮ ਸੀਗਾ ਜਿਹਦੇ ਵਿੱਚ ਅੰਧੇਰਾ ਸੀਗਾ, ਜਿਹਦੇ ਵਿੱਚ ਇੱਕ ਦੀਆ ਜਲਣ ਡਿਆ ਸੀਗਾ। ਇਹੋ ਜਿਹੀ ਜਗ੍ਹਾ ਵਿੱਚ ਰਹਿ ਕੇ ਸਿਲਾਸ ਨੇ ਅਤੇ ਪੌਲਸ ਨੇ ਪਰਮੇਸ਼ਵਰ ਨੂੰ ਸਤੁਤੀ ਕੀਤੀ ਔਰ ਉਹਦੇ ਗੀਤ ਗਾਏ ਔਰ ਉਹਨੂੰ ਮਹਿਮਾ ਦਿੱਤੀ। ਜਦੋਂ ਰਾਤ ਭਰ ਪਰਮੇਸ਼ਵਰ ਦੀ ਸਤੁਤੀ ਕਰਦੇ ਰਹੇ, ਗਾਣੇ ਗਾਉਂਦੇ ਰਹੇ, ਉਦੋਂ ਉਹਨਾਂ ਦੀਆਂ ਬੇੜੀਆਂ ਜਿਹੜੀਆਂ ਇੱਕਦਮ ਖੁੱਲ੍ਹ ਗਈਆਂ ਔਰ ਇੱਕਦਮ ਉਜਾਲਾ ਹੋ ਗਿਆ ਔਰ ਉਹਦਾ ਜਿਹੜਾ ਗੇਟ ਸੀਗਾ ਉਹ ਵੀ ਟੁੱਟ ਗਿਆ। ਔਰ ਉੱਥੇ ਜਿਹੜਾ ਸਿਪਾਹੀ ਸੀ ਉਹ ਵੇਖ ਕੇ ਡਰ ਗਿਆ। ਉਹਨੇ ਸੋਚਿਆ ਕਿ ਸ਼ਾਇਦ ਇਹ ਦੌੜ ਗਏ ਹੈਗੇ, ਇਸ ਕਰਕੇ ਉਹ ਆਪਣੇ ਆਪ ਨੂੰ ਮਾਰਨ ਵਾਲਾ ਹੈਗਾ ਤਲਵਾਰ ਦੇ ਨਾਲ। ਪਰ ਪੌਲਸ ਉਹਨੂੰ ਆਉਂਦਾ, ਇਹ ਸਿਪਾਹੀ ਤੂੰ ਆਪਣੇ ਉੱਤੇ ਹੱਥ ਨਾ ਚੁੱਕੀ, ਅਸੀਂ ਕਿਤੇ ਨਹੀਂ ਦੌੜੇ, ਅਸੀਂ ਚੋਰ ਨਹੀਂ ਹੈਗੇ, ਅਸੀਂ ਪਰਮੇਸ਼ਵਰ ਦੀ ਸੇਵਾ ਕਰਨ ਵਾਲੇ ਹੈਗੇ, ਸਾਨੂੰ ਜੇ ਉਹ ਛਡਾਉਣ ਵਾਲਾ ਵਾ ਉਹ ਤਾਂ ਉਹਨੇ ਆਪਣੇ ਦੂਤਾਂ ਨੂੰ ਭੇਜਿਆ ਵਾ, ਉਹਦੇ ਦੂਤਾਂ ਨੇ ਸਾਨੂੰ ਛਡਾਇਆ ਵਾ, ਪਰ ਫਿਰ ਵੀ ਅਸੀਂ ਦੌੜਾਂਗੇ ਨਹੀਂ ਇੱਥੇ, ਅਸੀਂ ਇੱਥੇ ਹੀ ਹੈਗੇ, ਆਪਣੇ ਉੱਤੇ ਹੱਥ ਨਾ ਚੁੱਕੀ। ਜਦੋਂ ਉਹਨੇ ਵੇਖਿਆ ਕਿ ਸਿਪਾਹੀ ਨੇ ਕਿ ਇਹਨਾਂ ਦੀ ਪ੍ਰਾਰਥਨਾ ਜਿਹੜੀ ਹੈਗੀ, ਇਹਨਾਂ ਦੀ ਜਿਹੜੀ ਸਤੁਤੀ, ਜਿਹੜੇ ਗਾਣੇ ਗਾਉਣ ਡੇ ਹੈਗੇ, ਇਹ ਤਾਂ ਪਰਮੇਸ਼ਵਰ ਵੀ ਸੁਣਦਾ ਵਾ, ਇਹਨਾਂ ਦਾ ਕੌਣ ਹੈਗਾ ਪਰਮੇਸ਼ਵਰ? ਉਹਨੇ ਪਰਵੇਸ਼ ਸਿਲਾਸ ਔਰ ਪੌਲਸ ਦੇ ਸਾਹਮਣੇ ਆ ਕੇ ਆਪਣੇ ਗੁਟਨਿਆਂ ਦੇ ਬਲ ਆ ਕੇ ਉਹਨੂੰ ਕਹਿਣ ਡੈ ਪਿਆ ਸਿਪਾਹੀ ਕਿ ਮੈਂ ਨਵਾਂ ਜਨਮ ਪਾਉਣ ਵਾਸਤੇ ਕੀ ਕਰਾਂ। ਉਹਨੇ ਆਖਿਆ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰੇਗਾ ਅਤੇ ਤੂੰ ਔਰ ਤੇਰਾ ਘਰਾਨਾ ਜਿਹੜਾ ਜਿੰਨੇ ਵੀ ਆ ਸਾਰੇ ਉਧਾਰ ਪਾਉਣਗੇ। ਉੱਦਣ ਉਹਨਾਂ ਨੇ ਜੇਲ੍ਹ ਵਿੱਚੋਂ ਉਹ ਆਪਣੇ ਸਿਪਾਹੀ ਆਪਣੇ ਘਰ ਵਿੱਚ ਲੈ ਕੇ ਗਿਆ, ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦਾ ਵਚਨ ਉਹਨਾਂ ਨੂੰ ਸੁਣਾਇਆ। ਉਹ ਸਾਰੇ ਦੇ ਸਾਰੇ ਜਿਹੜੇ ਸਿਪਾਹੀ ਦੇ ਘਰ ਵਾਲੇ ਲੋਕ ਹੀ ਗਏ, ਜਿੰਨੇ ਵੀ ਸਿਪਾਹੀ ਸੀ, ਸਾਰਿਆਂ ਨੇ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕੀਤਾ ਔਰ ਉਸੇ ਦਿਨ ਉਹਨਾਂ ਨੇ ਬਪਤਿਸਮਾ ਵੀ ਲੈ ਲਿਆ। ਔਰ ਉਹ ਸਿਪਾਹੀ ਨੇ ਜਿਨ੍ਹਾਂ ਨੇ ਉਹਦੇ ਕੋੜੇ ਮਾਰੇ ਸੀ, ਜਿਨ੍ਹਾਂ ਉਹਨਾਂ ਨੇ ਬੇੜੀਆਂ ਵਿੱਚ ਪਾ ਕੇ ਅੰਦਰ ਜੇਲ੍ਹ ਵਿੱਚ ਸੁੱਟ ਦਿੱਤਾ ਸੀ, ਉਹ ਸਿਪਾਹੀ ਆ ਕੇ ਉਹਨਾਂ ਦੇ ਜਿਹੜੇ ਉਹਨਾਂ ਨੂੰ ਸੱਟ ਲੱਗੀ ਸੀ ਉਹਨਾਂ ਨੂੰ ਸਾਫ਼ ਕਰਨ ਲੱਗਿਆ ਔਰ ਮਲਮ ਪੱਟੀ ਕਰਨ ਲੱਗ ਗਿਆ। ਉਹ ਭੈਣ ਔਰ ਭਰਾਓ, ਅੱਜ ਜੇ ਸਾਡੇ ਜੀਵਨ ਵਿੱਚ ਵੀ ਮੁਸ਼ਕਲ ਦੀ ਘੜੀ ਆ, ਤਾਂ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਪਰਮੇਸ਼ਵਰ ਦੇ ਕੰਮ ਨੂੰ ਛੱਡ ਦਈਏ। ਉਹ ਭੈਣ ਔਰ ਭਰਾਓ, ਪੌਲਸ ਔਰ ਸਿਲਾਸ ਨੂੰ ਵੇਖੋ, ਜਿਹੜੇ ਮੁਸ਼ਕਲ ਦੇ ਸਮੇਂ ਹੀ ਹਨੇਰੇ ਵਿੱਚ ਹੀ ਗਏ, ਕੁਛ ਵੀ ਨਹੀਂ, ਇੱਕੋ ਇੱਕ ਦੀਆ ਚੱਲਣ ਡਿਆ ਹੈਗਾ, ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਪਰਮੇਸ਼ਵਰ ਦਾ ਕੰਮ ਹੀ ਕਰਨ ਡੇ ਹਾਂ ਔਰ ਪਰਮੇਸ਼ਵਰ ਦੀ ਸੇਵਾ ਹੀ ਕਰਨ ਡੇ ਹਾਂ। ਪਰਮੇਸ਼ਵਰ ਸਾਨੂੰ ਉੱਚਾ ਕਰੂਗਾ, ਪਰਮੇਸ਼ਵਰ ਸਾਡੀ ਜੇਬਾਂ ਨੂੰ ਭਰ ਦੂਗਾ, ਪਰਮੇਸ਼ਵਰ ਸਾਨੂੰ ਉਹ ਕਰ ਦੂਗਾ। ਲੇਕਿਨ ਉਹਨਾਂ ਨੇ ਕੋਈ ਵੀ ਪਰਮੇਸ਼ਵਰ ਦੇ ਨਾਂ ਦੀ ਬਦਨਾਮੀ ਨਹੀਂ ਕੀਤੀ, ਉਹਨਾਂ ਨੇ ਪਰਮੇਸ਼ਵਰ ਦੀ ਸਤੁਤੀ ਕੀਤੀ ਔਰ ਜਦੋਂ ਉਹਨਾਂ ਨੇ ਸਤੁਤੀ ਕੀਤੀ ਤਾਂ ਕਈ ਲੋਕਾਂ ਨੇ ਉੱਥੇ ਵਿਸ਼ਵਾਸ ਕੀਤਾ। ਅੱਜ ਸਾਡੇ ਜੀਵਨਾਂ ਵਿੱਚ ਵੀ ਪਰੇਸ਼ਾਨੀਆਂ ਜਦੋਂ ਆ ਜਾਂਦੀਆਂ ਵਾ, ਇਹਦਾ ਮਤਲਬ ਇਹ ਨਹੀਂ ਆ ਕਿ ਪਰਮੇਸ਼ਵਰਾਂ ਨੂੰ ਛੱਡ ਦੂਗਾ। ਪਰਮੇਸ਼ਵਰ ਉਹ ਪਰੇਸ਼ਾਨੀਆਂ ਦੇ ਵਿੱਚ ਉਹ ਆਪਣੀ ਮਹਿਮਾ ਵੀ ਲੈ ਕੇ ਆਉਂਦਾ ਵਾ, ਉਹ ਪਰੇਸ਼ਾਨੀਆਂ ਵਿੱਚ ਵੀ ਲੋਕਾਂ ਨੂੰ ਉਧਾਰ ਲੈ ਕੇ ਆਊਗਾ। ਜੇ ਕਿਤੇ ਪੌਲਸ ਔਰ ਸਿਲਾਸ ਜੇਲ੍ਹ ਵਿੱਚ ਨਾ ਗਏ ਹੁੰਦੇ, ਜੇਲ੍ਹ ਵਿੱਚ ਜਾ ਕੇ ਉਹਨਾਂ ਨੇ ਗਾਣਾ ਔਰ ਪ੍ਰਾਰਥਨਾ ਨਾ ਕੀਤੀ ਹੁੰਦੀ, ਤਾਂ ਉਹ ਜਿਹੜਾ ਸਿਪਾਹੀ ਸੀ ਉਹ ਕਿਤੇ ਕਦੀ ਵੀ ਉਧਾਰ ਨਹੀਂ ਪਾਉਣਾ ਔਰ ਨਾ ਹੀ ਉਹਦੇ ਪਰਿਵਾਰ ਨੇ ਉਧਾਰ ਪਾਉਣਾ ਸੀਗਾ, ਨਾ ਹੀ ਉਹਨਾਂ ਨੇ ਬਪਤਿਸਮਾ ਲੈਣਾ ਸੀਗਾ। ਉਹਨਾਂ ਵਾਸਤੇ ਪਰਮੇਸ਼ਵਰ ਨੇ ਇੱਕ ਯੋਜਨਾ ਕੀਤੀ, ਇੱਕ ਤਿਆਰੀ ਕੀਤੀ ਔਰ ਪੌਲਸ ਔਰ ਸਿਲਾਸ ਨੂੰ ਇਸਤੇਮਾਲ ਕੀਤਾ ਔਰ ਉਹਨਾਂ ਨੇ
वो परमेश्वर की महिमा की और सारियां विश्वासी बनाया उत्थे, और कई लोग उन्होंने वेख के उत्थे बदल गए और विश्वास विच आ गए।